바이굿지 ਕਾਲਸਾ 바이굿ਜੀ ਕੀ ਫਤਿਹ ਪੰਜਾਬੀ ਰੀਡਰ 4A 2020 ਐਡੀਸ਼ਨ ਲੈਸਨ 17 ਵਿੱਚ ਤੁਹਾਨੂੰ ਜੀ ਆਇਆਂ ਨੂੰ ਪਿਛਲੇ ਪਾਠ ਦੇ ਵਿੱਚ ਅਸੀਂ ਚਰੇ ਦੇ ਯਮੂ ਦੇ ਹਿੱਸਿਆਂ ਬਾਰੇ ਪੜਿਆ ਸੀ ਅੱਜ ਦੇ ਪਾਠ ਵਿੱਚ ਅਸੀਂ ਹੱਥ ਅਤੇ ਪੈਰ ਦੇ ਹਿੱਸਿਆਂ ਬਾਰੇ ਪੜਾਂਗੇ ਠੀਕ ਹੈ ਹੱਥ ਤੇ ਪੈਰ ਸਾਡੇ ਵੱਡੇ ਅੰਗ ਨੇ ਤੇ ਇਹਨਾਂ ਦੇ ਛੋਟੇ ਹਿੱਸੇ ਕੀ ਹੁੰਦੇ ਨੇ ਛੋਟੇ ਅੰਗ ਕੀ ਹੁੰਦੇ ਨੇ ਉਹਨਾਂ ਬਾਰੇ ਪੜਾਂਗੇ ਠੀਕ ਹੈ ਸਭ ਤੋਂ ਪਹਿਲੇ ਅਸੀਂ ਕੁਝ ਸ਼ਬਦ ਪੜਾਂਗੇ ਇਹ ਸ਼ਬਦ ਸ਼ਾਇਦ ਤੁਹਾਨੂੰ ਆਉਂਦੇ ਹੋਣਗੇ ਠੀਕ ਹੈ ਪਰ ਅਸੀਂ ਇੱਕ ਵਾਰੀ ਪੜ ਦਿਆਂ ਤਾਂ ਕਿ ਤੁਸੀਂ ਜਦੋਂ ਇਹਨੂੰ ਐਸੇ ਨੂੰ ਪੜੋਗੇ ਤਾਂ ਤੁਹਾਨੂੰ ਮੁਸ਼ਕਲ ਨਾ ਆਏ ਸੁੰਗਣਾ स्मेल कहना तुसे देखना गोसी तुसी तो अंगूठा थम तली पाम हिस्से कम इज जॉब आर वर्क इंसान इज ए परसन नौ ने चीची इज पिंकी योर पिंकी फिंगर समॉल्ट फिंगर बहुत मैनी एक जि सिमिलर सिरे ते मीनस एट द टॉप ਵਕਰੇ मींस डिफरेंट ਦੋਹਾਂ ਦੇ मींस ਆਫ ਬੋਥ ਠੀਕ ਹੈ ਤੇ ਆਰਡੀਨਲ ਨੰਬਰਸ ਹੁੰਦੇ ਨੇ ਜਿੰਨਾ ਚ ਆਰਡਰ ਹੁੰਦਾ ਠੀਕ ਹੈ ਜਿਵੇਂ ਅਸੀਂ ਕਹਿੰਦੇ ਫਰਸਟ ਸੈਕੰਡ ਥਰਡ ਫੋਰਥ ਰਾਈਟ ਅਸੀਂ ਇੰਗਲਿਸ਼ ਵਿੱਚ ਕਹਾਂ ਪੋ ਕਹਿੰਦੇ ਪੰਜਾਬੀ ਵਿੱਚ ਕਵਾਂਗੇ ਇੱਕ ਨੰਬਰ ਨੂੰ ਕਵਾਂਗੇ ਪਹਿਲਾ ਨੰਬਰ ਦੋ ਨੂੰ ਕਵਾਂਗੇ ਦੂਸਰਾ ਜਾਂ ਦੂਜਾ ਕਈ ਲੋਕ ਦੂਆ ਵੀ ਕਹਿੰਦੇ ਨੇ ਠੀਕ ਹੈ ਤਿੰਨ ਨੂੰ ਕਵਾਂਗੇ ਤਿੰਨ ਤੀਸਰਾ ਜਾਂ ਤੀਜਾ ਜਤੀਆ ਠੀਕ ਹੈ ਚਾਰ ਨੂੰ ਚੌਥਾ 5 5वा 6 6वा 7 7वा 8 8वा 9 9वा 10 10वा राइट इस तरह ही ऑर्डर चलेगा सो मेक श्योर यू लर्न दिस ठीक है हाथ ਅਤੇ ਪੈਰ ਦੇ ਹਿੱਸਿਆਂ ਦੇ ਬਾਰੇ ਇਹ ਲੇਖ ਪੜੋ ਲੇਖ ਇਸ ਅ ਸ਼ੋਰਟ 에ਸੇ ਇਜ਼ ਯੂਜੂਲੀ 5 ਪੈਰਾਗ੍ਰਾਫਸ ਬਟ ਸਿンス ਵੀ ਆਰ ਲਰਨਿੰਗ ਟੂ ਰੀਡ ਵੀ ਓਨਲੀ ਹੈਵ 2 ਪੈਰਾਗ੍ਰਾਫਸ ਠੀਕ ਥੇ ਹੇਅਰ ਇਜ਼ ਅ ਪਿਕਚਰ ਆਫ ਹੱਥ ਤੇ ਇਹਦੇ ਪਾਰਟਸ ਲਿਖੇ ਨੇ ਐਨੂੰ ਤਲੀ ਕਹਿੰਦੇ ਆ ਪਾਮ ਅੰਗੂਠਾ ਨੌਂ ਉਂਗਲਾ ਇੱਕ ਉਂਗਲ ਤੇ ਮੈਨੀ ਉਂਗਲਾ ਤੇ ਛੋਟੀ ਉਂਗਲ ਨੂੰ ਚੀਚੀ ਕਹਿੰਦੇ ਆ ਠੀਕ ਹੈ ਸੋ ਦੋ ਸਪੈਸ਼ਲ ਨਾਮ ਨੇ ਅੰਗੂਠਾ ਤੇ ਚੀਚੀ ਠੀਕ ਹੈ ਪੈਰ ਦੇ ਹਿੱਸੇ ਕੀ ਨੇ ਪੈਰ ਦੀਆਂ ਵੀ ਉਂਗਲਾਂ ਹੈਗੀਆਂ ਪੈਰ ਦੀ ਤਲੀ ਹੈਗੀ ਐ ਪਾਰ ਦੇ ਅੱਡੀ ਹੈਗੀ ਐ ਤੇ ਇਹਨੂੰ ਜਿੱਥੇ ਲੱਤ ਦੇ ਨਾਲ ਜੁੜਿਆ ਹੁੰਦਾ ਉਹਨੂੰ ਗਿੱਟਾ ਕਹਿੰਦੇ ਆ ਗਿੱਟਾ ਇਹਨੂੰ ਗੁੱਟ ਕਹਿੰਦੇ ਆ ਅਨ ਗੁੱਟਾ ਗਿੱਟਾ ਕਹਿੰਦੇ ਆ ਠੀਕ ਹੈ i will read about it hath ate pair doome sade sharir de ang han hath ate pair de vi bahut hisse han dohan de kuch hisse ikko jehe han ate kuch hisse vakhre han hath diyan panch ungla han ate pair diyan vi panch ungla han hath ate pair dohan di tali hundi hai tali is, is palm ਉਂਗਲਾਂ ਦੇ ਸਿਰੇ ਉੱਤੇ 9 ਹੁੰਦੇ ਹਨ ਹੱਥ ਅਤੇ ਪੈਰ ਦੋਹਾਂ ਦੇ ਅੰਗੂਠੇ ਹੁੰਦੇ ਹਨ ਅੰਗੂਠਾ ਵੱਡੀ ਉਂਗਲੀ ਅੰਗੂਠਾ ਹੱਥ ਅਤੇ ਪੈਰ ਦੋਹਾਂ ਦੀਆਂ ਚੀਚੀਆਂ ਹੁੰਦੀਆਂ ਹਨ ਅੰਗੂਠਾ ਪਹਿਲੀ ਉਂਗਲ ਹੈ ਚੀਚੀ ਪੰਜਵੀਂ ਉਂਗਲ ਹੈ ਹੱਥ ਅਤੇ ਪੈਰ ਦੀਆਂ ਤਲੀਆਂ ਵੀ ਹਨ ਪਰ ਦੋਹਾਂ ਦੇ ਕੁਝ ਹਿੱਸੇ ਵੱਖਰੇ ਵੀ ਹਨ ਜਿਵੇਂ ਪੈਰ ਦੀ ਅੱਡੀ ਹੈ ਪਰ ਹੱਥ ਦੀ ਅੱਡੀ ਨਹੀਂ ਹੁੰਦੀ ਹੱਥ ਬਾਹ ਦਾ ਹਿੱਸਾ ਹੈ ਪਰ ਪੈਰ ਲੱਤ ਦਾ ਹਿੱਸਾ ਹੈ ਹੱਥ ਚੀਜ਼ਾਂ ਫੜਨ ਦਾ ਕੰਮ ਕਰਦੇ ਹਨ ਅਤੇ ਪੈਰ ਦੁਰੰਧਾ ਕੰਮ ਕਰਦੇ ਹਨ ਹੱਥਾਂ ਦੀਆਂ ਉਂਗਲਾਂ ਲੰਮੀਆਂ ਹੁੰਦੀਆਂ ਹਨ ਪਰ ਪੈਰਾਂ ਦੀਆਂ ਉਂਗਲੀਆਂ ਛੋਟੀਆਂ ਹੁੰਦੀਆਂ ਹਨ ਦੋਵੇਂ ਅੰਗ ਹੀ ਸਾਡੇ ਰੋਜ਼ਾਨਾ ਕੰਮ ਲਈ ਬਹੁਤ ਜ਼ਰੂਰੀ ਹਨ ਠੀਕ ਹੈ ਸੋ ਇਹਦੇ ਵਿੱਚ ਅਸੀਂ ਕੁਝ ਦੇਖਿਆ ਕੁਝ ਗੱਲਾਂ ਸੇਮ ਨੇ ਕੁਝ ਗੱਲਾਂ ਵੱਖਰੀਆਂ ਨੇ ਠੀਕ ਹੈ ਕੁਝ ਇੱਕੋ ਜੀਆਂ ਕੁਝ ਵੱਖਰੀਆਂ ਇਸ ਐਸੇ ਦੇ ਵਿੱਚ 153 ਸ਼ਬਦ ਨੇ 153 ਵਰਡਸ ਤੇ ਜੇ ਤੁਸੀਂ 40 50 ਸ਼ਬਦ 1 ਮਿੰਟ ਵਿੱਚ ਪੜਦੇ ਹੋ ਤੇ ਤੁਸੀਂ ਇਹ ਵਾਲਾ ਐਸੇ 3 ਤੋਂ 4 ਮਿੰਟ ਦੇ ਵਿੱਚ ਵਿੱਚ ਪੜ ਲਓਗੇ ਠੀਕ ਹੈ ਗ੍ਰਾਮਰ ਲੈਸਨ ਯੂজিং ਡਿਸਕ੍ਰਿਪਸ਼ਨ ਟੂ ਕੰਪੇਅਰ ਬਾਡੀ ਪਾਰਟਸ ਠੀਕ ਹੈ ਕੰਪੇਅਰ ਤੇ ਕੰਟਰਾਸਟ ਹੁੰਦਾ ਹੈ ਕਿਸ ਤਰ੍ਹਾਂ ਚੀਜ਼ਾਂ ਸੇਮ ਨੇ ਤੇ ਕਿਸ ਤਰ੍ਹਾਂ ਚੀਜ਼ਾਂ ਵੱਖਰੀਆਂ ਨੇ ਠੀਕ ਹੈ ਅਸੀਂ ਦੋ ਚੀਜ਼ਾਂ ਦੇਖ ਕੇ ਦੱਸ ਸਕਦੇ ਹਾਂ ਕਿ ਉਹ ਇੱਕੋ ਜਿਹੀਆਂ ਹਨ ਜਾਂ ਵੱਖਰੀਆਂ ਇਸ ਲਈ ਅਸੀਂ ਕੁਝ ਖਾਸ ਸ਼ਬਦ ਵਰਤਦੇ ਹਾਂ ਹੇਠਾਂ ਲਿਖੇ ਵਾਕ ਫਰੇਮ ਵਰਤੋ ਸੈਂਟੈਂਸ ਫਰੇਮਸ ਤੁਸੀਂ ਇੰਗਲਿਸ਼ ਵਿੱਚ ਵੀ ਵਰਤਦੇ ਹੋ ਇਹਨਾਂ ਫਰੇਮਾਂ ਵਿੱਚ ਖਾਲੀ ਥਾਵਾਂ ਤੇ ਕੋਈ ਵੀ ਠੀਕ ਸ਼ਬਦ ਲਿਖ ਕੇ ਅਸੀਂ ਨਵੇਂ ਵਾਕ ਬਣਾ ਸਕਦੇ ਹਾਂ compare two things how are they different question sentence frame number 1 blank ate blank vich ki farak hai answer sentence frame de vich likhange blank hai par blank hai ede vich assi par shabd vart rahe ha theek hai sample question hath ate pair vich ki farak hai ethe se si na hath ate pair vich ki farak hai sample answer hath ਦਿਆਂ ਉਂਗਲੀਆਂ ਉਂਗਲਾਂ ਲੰਮੀਆਂ ਹਨ ਪਰ ਪੈਰ ਦੀਆਂ ਉਂਗਲਾਂ ਛੋਟੀਆਂ ਹਨ ਠੀਕ ਹੈ ਦਿਸ ਇਜ਼ ਵਨ ਐਗਜ਼ਾਮਪਲ ਐਕਟੀਵਿਟੀ ਫਾਈਂਡ ਐਂਡ ਸਰਕਲ 올 ਬਾਡੀ ਪਾਰਟਸ ਵੋਕੈਬਲਰੀ ਵਰਡਸ ਇਨ ਦਿਸ ਐਸੇ ਸੋ ਤੁਸੀਂ ਐਵਲ ਜਿਹੜੀ ਸਾਰੇ ਸ਼ਬਦ ਸੀ ਇਹਦੇ ਵਿੱਚ ਲੱਭੋਗੇ ਠੀਕ ਹੈ ਤੇ ਇਹ ਜਿਹੜਾ ਐਕਟੀਵਿਟੀ ਹੈ ਤੁਸੀਂ ਹੋਮਵਰਕ ਵਾਸਤੇ ਕਰੋਗੇ ਠੀਕ ਹੈ ਮੰਡੇ ਹੋਮਵਰਕ ਨਾਓ ਯੂ ਵਿਲ ਰਾਈਟ ਆਨਸਰਸ ਇਨ ਦ ਚਾਰਟ ਠੀਕ ਹੈ ਹੱਥ ਅਤੇ ਪੈਰ ਦੇ ਕੰਮ ਵਿੱਚ ਕੀ ਫਰਕ ਹੈ ਠੀਕ ਹੈ ਹੱਥ ਤੇ ਪੈਰ ਕਿਵੇਂ ਅਲag-ਅਲag ਕੰਮ ਕਰਦੇ ਨੇ ਅਸੀਂ ਇੱਥੇ ਪੜ੍ਹ ਸਕਦੇ ਹਾਂ ਹੱਥ ਚੀਜ਼ਾਂ ਫੜਨ ਦਾ ਕੰਮ ਕਰਦੇ ਹਨ ਪਰ ਪੈਰ ਦੁਰੰਦ ਦਾ ਕੰਮ ਕਰਦੇ ਹਨ ਸੋ ਦੈਟਸ ਵਨ ਐਗਜ਼ਾਮਪਲ ਠੀਕ ਅਸੀਂ ਇੱਥੇ ਲਿਖ ਸਕਦੇ ਹਾਂ ਹੱਥ ਅਤੇ ਪੈਰ ਵਿੱਚ ਕੀ ਫਰਕ ਹੈ ਇੱਕ ਹੋਰ ਫਰਕ ਕੀ ਹੈ ਹੱਥ ਆ ਹੱਥ ਦੀ ਅੱਡੀ ਹੱਥ ਤੇ ਦੀ ਅੱਡੀ ਨਹੀਂ ਹੁੰਦੀ ਪੈਰ ਦੀ ਅੱਡੀ ਹੁੰਦੀ ਹੈ ਹੱਥ ਬਾਹ ਦਾ ਹਿੱਸਾ ਹੈ ਪਰ ਪੈਰ ਲੱਤ ਦਾ ਹਿੱਸਾ ਹੈ ਅਸੀਂ ਇਹਦੇ ਵਿੱਚ ਕੋਈ ਵੀ ਇੰਨਾ ਚੋ ਲਿਖ ਸਕਦੇ ਹਾਂ ਠੀਕ ਹੈ ਅੰਗੂਠੇ ਅਤੇ ਚੀਚੀ ਵਿੱਚ ਕੀ ਫਰਕ ਹੈ ਅੰਗੂਠਾ ਪਹਿਲੀ ਉਂਗਲ ਹੈ ਤੇ ਚੀਚੀ ਪੰਜਵੀਂ ਉਂਗਲ ਹੈ ਠੀਕ ਹੈ ਤੁਸੀਂ ਕਿਸੇ ਤਰ੍ਹਾਂ ਵੀ ਇਹਦਾ ਆਨਸਰ ਲਿਖ ਸਕਦੇ ਹੋ compare two things how they are the same question sentence frame one blank ate blank kime ikko jae han answer vich ki likhoge blank ate blank dowe remember oh de vich assi parvartiya si ede vich assi dowe vartange theek hai ba ate lat kime ikko jae han ba ate lat dowe sharir de hisse han hath ate pair kime ikko jae han ਹੱਥ ਅਤੇ ਪੈਰ ਦੋਵੇਂ ਸਰੀਰ ਦੇ ਹਿੱਸੇ ਹਨ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਠੀਕ ਹੈ ਜਾਂ ਅਸੀਂ ਲਿਖতে ਸਕਦੇ ਹਾਂ ਹੱਥ ਅਤੇ ਪੈਰ ਅਮ ਦੀਆਂ ਉਂਗਲੀਆਂ ਹੁੰਦੀਆਂ ਹਨ ਹੱਥ ਅਤੇ ਪੈਰ ਦੀ ਤਲੀ ਹੁੰਦੀ ਹੈ ਹੱਥ ਅਤੇ ਪੈਰ ਦੀ ਅਮ ਤਾਂ ਹੱਥ ਹੋਰ ਲਿਖ ਸਕਦੇ ਹਾਂ ਅਸੀਂ ਹੱਥ ਅਤੇ ਪੈਰ ਦੇ ਕਈ ਹਿੱਸੇ ਹੁੰਦੇ ਹਨ ਦੋਵਾਂ ਦੇ ਕਈ ਹਿੱਸੇ ਹੁੰਦੇ ਹਨ ਰਾਈਟ ਅੰਗੂਠਾ ਅਤੇ ਚੀਚੀ ਕਿਵੇਂ ਇੱਕੋ ਜਿਹੇ ਹਨ ਅੰਗੂਠਾ ਅਤੇ ਚੀਚੀ ਦੋਵੇਂ ਹੱਥ ਦੀਆਂ ਉਂਗਲੀਆਂ ਹਨ ਜਾਂ ਪੈਰ ਦੀਆਂ ਉਂਗਲੀਆਂ ਹਨ ਅੰਗੂਠਾ ਅਤੇ ਚੀਚੀ ਕਿਵੇਂ ਇੱਕ ਇੱਕੋ ਜਿਹੇ ਹਨ ਅੰਗੂਠੇ ਅਤੇ ਚੀਚੀ ਦੋਵਾਂ ਦੇ ਸਿਰੇ ਤੇ ਨੌ ਹੁੰਦਾ ਹੈ ਸੋ ਯੂ ਕੈਨ ਰਾਈਟ ਐਨੀਥਿੰਗ ਯੂ ਵਾਂਟ ਹੇਅਰ ਠੀਕ ਹੈ మేਕ ਅਪ ਯੂਰ ਓਨ ਸੈਂਟੈਂਸਸ ਟਿਊਜ਼ਡੇ ਹੋਮਵਰਕ ਜਰਨਲ ਰਾਈਟਿੰਗ ਸੈਂਪਲ ਰੀਡ ਦਾ ਸੈਂਪਲ ਦੈਨ ਰਾਈਟ ਵਨ ਜਰਨਲ ਅਸੀਂ ਹੱਥਾਂ ਨਾਲ ਬਹੁਤ ਕੰਮ ਕਰਦੇ ਹਾਂ ਕਈ ਕੰਮ ਸਾਨੂੰ ਖੁਸ਼ੀ ਦਿੰਦੇ ਹਨ ਤੁਸੀਂ ਕਿਹੜਾ ਕੰਮ ਕੀਤਾ ਜਿਸ ਨਾਲ ਤੁਹਾਨੂੰ ਖੁਸ਼ੀ ਮਿਲੀ ਸੋ ਦੈਟਸ ਮਾਈ ਕੁਐਸਚਨ ਅਸੀਂ ਹੱਥਾਂ ਨਾਲ ਬਹੁਤ ਕੰਮ ਕਰਦੇ ਹਾਂ ਕਈ ਕੰਮਾਂ ਨਾਲ ਸਾਨੂੰ ਖੁਸ਼ੀ ਮਿਲਦੀ ਹੈ ਮੈਂ ਰੋਜ਼ ਖਾਣੇ ਦੇ ਮੇਜ਼ ਤੇ ਪਲੇਟਾਂ ਅਤੇ ਚਮਚੇ ਰੱਖਦੀ ਹਾਂ ਖਾਣੇ ਤੋਂ ਬਾਅਦ ਪਾਂਡੇ ਚੁੱਕ ਕੇ ਸਿੰਕ ਵਿੱਚ ਰੱਖਦੀ ਹਾਂ ਇਹ ਕੰਮ ਮੈਨੂੰ ਖੁਸ਼ੀ ਦਿੰਦੇ ਹਨ ਨਾਊ ਥਿੰਕ ਅਬਾਊਟ ਇਟ ਕਿ ਤੁਸੀਂ ਕੀ ਕੰਮ ਕਰਦੇ ਹੋ ਦਿਨ ਦੇ ਵਿੱਚ ਜਿਨ੍ਹਾਂ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਠੀਕ ਹੈ ਤੁਸੀਂ ਕਿਹੜੇ ਦੋ ਕੰਮ ਕਰਦੇ ਹੋ ਜੋ ਤੁਹਾਨੂੰ ਖੁਸ਼ੀ ਦਿੰਦੇ ਹਨ ਦੋ ਤਿੰਨ ਪੂਰੇ ਵਾਕ ਲਿਖੋ ਠੀਕ ਹੈ ਸੋ ਇੱਥੇ ਤੁਸੀਂ ਜਰਨਲ ਲਿਖੋਗੇ Wednesday homework, write the meaning of each word, then copy the words three times. The vocabulary words, the meaning. Thursday homework, start the timer, read page 57 58, essay is How many minutes did you take? ਥਰਸਡੇ ਅਗੇਨ ਤੁਸੀਂ ਜਿਹੜੀ ਗੁਰਮੁਖੀ ਦੇ ਵਿੱਚ ਅਸੀਂ ਨੰਬਰ ਲਿਖੇ ਨੇ ਇਹਨਾਂ ਨੂੰ ਤੁਸੀਂ ਕਾਪੀ ਕਰੋਗੇ ਤਿੰਨ-ਤਿੰਨ ਵਾਰੀ ਠੀਕ ਹੈ ਤੇ ਰਿਮੈਂਬਰ ਕਿ ਅਸੀਂ ਇੱਕ ਸ਼ਬਦ ਨੂੰ ਕਿੰਨੀ ਵਾਰੀ ਸਪੈਲ ਕਰ ਸਕਦੇ ਹਾਂ ਵੱਖਰੀ ਤਰ੍ਹਾਂ ਜਦ ਤੱਕ ਉਹਦੇ ਮਤਲਬ ਦਾ ਫਰਕ ਨਹੀਂ ਪੈਂਦਾ ਅਸੀਂ ਕਿਸੇ ਤਰ੍ਹਾਂ ਵੀ ਲਿਖ ਸਕਦੇ ਹਾਂ ਠੀਕ ਹੈ ਗਲਤ ਨਹੀਂ ਮੰਨਾਂਗੇ ਤੁਹਾਡ ਦੀ ਸਪੈਲਿੰਗ ਗਲਤ ਨਹੀਂ ਹੋਣਗੇ ਠੀਕ ਹੈ So, this is the lesson. See, wasn't too hard. Thoda ja complicated see. to see, thoda journal likhoge. Tu see, tevak likhoge. Thoda ja toh nu sochna pega answer likhen waste. But it's not a hard lesson. So, I hope you will do a great job and you learn more Punjabi today. And I will see you in the next lesson. Until then, Ji ka khalsa, Ji ki fate.